ਫਿਰੋਜ਼ਪੁਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਨਸ਼ੇ ਦੀ ਓਵਰਡੋਜ਼ ਕਾਰਨ ਇੱਕ 35 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਪਰਿਵਾਰਕ ਮੈਂਬਰ ਦੇ ਇਸ ਤਰ੍ਹਾਂ ਜਾਣ ਮਗਰੋਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਚਿੱਟੇ ਦਾ ਇੰਜੈਕਸ਼ਨ ਲਗਾਇਆ ਸੀ, ਜਿਸ ਕਾਰਨ ਉਸਨੇ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਗੰਭੀਰ ਇਲਜ਼ਾਮ ਲਗਾਏ ਨੇ, ਕਿਹਾ ਹੈ ਕਿ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ, ਜਿਸ ਕਾਰਨ ਉਹਨਾਂ ਦੇ ਬੱਚੇ ਇਸ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ। ਤੇ ਹੋਰ ਕੀ ਕੁਝ ਕਹਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਨਜ਼ਰ ਆਏ ਨੇ, ਆਓ ਸੁਣਦੇ ਹਾਂ। ਬਣਿਆ ਜੀ ਜੀ 3-4 ਸਾਲ ਹੋ ਚੁੱਕੇ ਜੀ, ਨਸ਼ਾ ਬਹੁਤ ਕਰ ਰਿਹਾ ਸੀਗਾ, ਇੰਨਾ ਕਿ ਬਹੁਤ ਜ਼ਿਆਦਾ ਨਸ਼ਾ ਕਰਦਾ ਪਿਆ ਸੀ। ਇਹ ਚਿੱਟਾ ਲਾਉਂਦਾ ਸੀਗਾ, ਚਿੱਟਾ ਸਾਡੇ ਮੁਹੱਲੇ ਵਿੱਚ ਆਮ ਹੀ ਵਿਕਦਾ ਪਿਆ ਹੈ। ਬਹੁਤ ਸਾਰੇ ਮੁਹੱਲੇ ਵਾਲੇ ਵੀ ਕਰਲਾ ਰਹੇ ਨੇ ਵੀ ਨਸ਼ਾ ਬੰਦ ਕਰ ਦਿਓ, ਨਸ਼ਾ ਬੰਦ ਕਰ ਦਿਓ, ਪਰ ਕਿਸੇ ਦੀ ਕੋਈ ਸੁਣਦਾ ਹੀ ਨਹੀਂ। ਸਰਕਾਰ ਵੀ ਨਹੀਂ ਸੁਣ ਰਹੀ ਜੀ, ਅਤੇ ਪੁਲਿਸ ਮੁਲਾਜ਼ਮ ਵੀ ਨਹੀਂ ਸੁਣ ਰਹੇ। ਅਸੀਂ ਜਾਂਦੇ ਹਾਂ ਉੱਥੇ ਅਤੇ ਅਸੀਂ ਬਹਿ ਬਹਿ ਕੇ ਬੋਲ ਬੋਲ ਕੇ ਅਸੀਂ ਆ ਜਾਂਦੇ, ਉਹ ਵੀ ਸਾਡੀ ਕੋਈ ਵੀ ਨਹੀਂ ਸੁਣਦਾ ਪਿਆ ਹੈਗਾ। ਦੱਸੋ ਵੀ ਇਹ ਮੇਰੀ ਜਠਾਣੀ ਹੈ ਜੀ, ਇਹਦਾ ਬੇਟਾ ਹੈ, ਦੱਸ ਅੱਗੇ ਵੀ ਮੇਰਾ ਜੇਠ ਵੀ ਕੋਈ ਨਹੀਂ ਹੈਗਾ, ਪੂਰਾ ਹੋਇਆ ਹੋਇਆ, ਉਹ ਵੀ ਨਸ਼ੇ 'ਚ ਹੀ ਹੋਇਆ ਵਾ। ਫਿਰ ਵਿਚਾਰੀ ਕਿੱਥੋਂ ਦੱਸ, ਹੁਣ ਬੱਚੇ ਪਾਲੇ ਨਿੱਕੇ ਨਿੱਕੇ ਬੱਚੇ ਨੇ, ਉਹਦੇ ਵੀ ਨਿੱਕੇ ਨਿੱਕੇ ਦੇ ਬੱਚੇ ਨੇ, ਉਹਨੇ ਵੀ ਡਿਕਸ ਦਾ ਆਪਰੇਸ਼ਨ ਕਰਵਾਇਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਨਸ਼ਾ ਬੰਦ ਹੋਵੇ, ਬਸ ਵੀ ਨਸ਼ਾ ਬੰਦ ਕਰਿਆ ਜਾਵੇ। ਭੈਣਾਂ ਦੇ ਵੀਰ ਤੁਰੇ ਜਾਂਦੇ ਨੇ, ਮਾਵਾਂ ਦੇ ਪੁੱਤਰ ਤੁਰੇ ਜਾਂਦੇ ਨੇ, ਜਵਾਨ ਜਵਾਨ ਇਹ ਤਾਂ ਦੱਸੋ ਵੀ ਬੁੜੀਆਂ ਕੀ ਕਰਨ, ਕਿੱਧਰ ਜਾਵਣ ਵੀ। ਸਾਡੀ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਆ ਵੀ ਜਲਦ ਤੋਂ ਜਲਦ ਬੰਦ ਕਰਵਾਇਆ ਜਾਵੇ ਨਸ਼ਾ ਇਹ। ਤੁਹਾਡਾ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਡੇ ਜੀ, ਕਿਸ ਕਾਰਨਾਂ ਕਰਕੇ ਮੌਤ ਹੋਈ ਹੈ? ਕਾਹਦਾ ਟੀਕਾ ਸੀਗਾ, ਕਿੰਨੇ ਚਿਰ ਤੋਂ ਕਰਦਾ ਆ ਰਿਹਾ ਸੀਗਾ, ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ? ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਔਰ ਜਿਹਦੀ ਮੌਤ ਹੋਈ ਉਹ ਕੀ ਲੱਗਦਾ ਤੁਹਾਡਾ ਜੀ, ਕੀ ਕਾਰਨਾਂ ਕਰਕੇ ਮੌਤ ਹੋਈ? ਕਿੰਨੇ ਚਿਰ ਤੋਂ ਕਰ ਰਿਹਾ ਸੀਗਾ? ਪਹਿਲਾਂ ਲੋਕਡਾਊਨ ਲੱਗਾ, ਪਿਓ ਵੀ ਕੋਈ ਹੈਗਾ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਕੀ ਮਸਲਾ ਬਣਿਆ ਸੀਗਾ ਜੀ? ਮਾਣਾ ਜੀ ਨਾਮ ਹੁੰਦੇ ਦਾ ਸਾਡਾ ਬੱਚਾ ਭਤੀਜਾ ਹੈ, ਤੇ ਅੱਜ ਤੋਂ 3 ਸਾਲ ਨਸ਼ਾ ਜ਼ੋਰ ਚਾਲੂ ਹੋਇਆ, ਇਹ ਨਸ਼ਾ ਇਹਨਾਂ ਨੇ ਨਹੀਂ ਛਡਾਇਆ। ਬੜਾ ਜਨਾਨੀਆਂ ਬੀਬੀਆਂ ਨੇ ਬੜੀਆ ਭੱਜ ਭਜਾ ਕੀਤੀ, ਉਹ ਹਰ ਡਾਕਟਰ ਕੋਲ ਹਰ ਸਭ ਪਾਸੇ ਗਈਆਂ ਨੇ ਅਤੇ ਭੱਜ ਭਜਾ ਕੇ ਸਾਰੀ ਬਾਗਲੀ ਬਸਤੀ ਗੋਲਬਾਗ 3-4 ਬਸਤੀਆਂ ਸਾਡੀਆਂ ਭੱਜੀਆਂ ਨੇ, ਪਰ ਡਾਕਟਰਾਂ ਨੇ ਕੋਈ ਵੀ ਗੱਲ ਕਿਸੇ ਦੀ ਨਹੀਂ ਸੁਣੀ। ਇਹਨਾਂ ਨੇ ਨਸ਼ਾ ਅੱਗੂ ਰੱਖਿਆ, ਫਿਰ ਉਸ ਤੋਂ ਬਾਅਦ ਡੀ ਸੀ ਸਾਹਿਬ ਕੋਲ ਗਏ ਹਾਂ, ਡੀ ਸੀ ਸਾਹਿਬ ਨੇ ਮੈਨੂੰ ਗੱਲ ਸੁਣੀ ਕੋਈ ਵੀ ਜੀ, ਫਿਰ SSR ਸਾਹਿਬ ਕੋਲ ਗਏ ਹਾਂ, ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਜੀ। ਘਰ ਇੱਕ ਕੋਲ ਗਏ ਹਾਂ, ਆਹ ਸਾਰੀਆਂ ਬੀਬੀਆਂ ਮੌਜੂਦ ਇਸ ਸਮੇਂ ਸਾਡੇ ਕੋਲ ਖੜੀਆਂ ਨੇ, ਜੋ ਇਹ ਕਹਿ ਦੇਣ, ਜੋ ਵੀ ਜਨਾਨੀ ਬੀਬੀ ਕਹਿ ਦੇਵੇ ਵੀ ਨਹੀਂ ਸਾਡਾ ਬੱਚਾ ਇੱਕ ਜੀ ਗਿਆ, ਵੀ ਨਸ਼ਾ ਛਡਾਊ ਕੀਤਾ ਜਾਵੇ। ਪ੍ਰਸ਼ਾਸਨ ਤੋਂ ਕੀ ਮੰਗ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਪ੍ਰਸ਼ਾਸਨ ਤੋਂ ਅਸੀਂ ਉਹ ਮੰਗ ਕਰਨੇ ਆ ਜੀ ਵੀ ਹੁਣ ਗਾਂ ਦਾ ਸਮਾਂ ਵੀ ਕੁੜੀ ਕੱਲੀਏ, ਗਾਂ ਕਮਾਉਣ ਵਾਲਾ ਉਹਨਾਂ ਦਾ ਕੋਈ ਨਹੀਂ ਹੈਗਾ ਜੀ, ਛੋਟੇ ਛੋਟੇ ਬੱਚੇ ਨੇ, ਇਹ ਕਮਾ ਕੇ ਕਿੱਥੋਂ ਖਾਣ ਦੇ, ਕਿੱਥੋਂ ਲੈ ਕੇ ਆਵਾਂਗੇ, ਅਤੇ ਕਿਵੇਂ ਮਤਲਬ ਲੈਂਡੀ ਚਾਰ ਕੁੜੀ ਹੈ ਸਾਡੀ, ਅਤੇ ਕਿੱਥੋਂ ਲਿਆ ਕੇ ਕਮਾਵੇ ਦੀ, ਅਤੇ ਸਰਕਾਰ ਵੱਲੋਂ ਕੁਛ ਸਰਵ ਕੀਤੀ ਜਾਵੇ ਸਾਡੇ, ਬਹੁਤ ਵਧੀਆ ਸਾਨੂੰ ਚੰਗਾ ਲੱਗੇਗਾ ਸਾਨੂੰ ਹਰ ਇੱਕ ਚੀਜ਼ ਵੱਲੋਂ।